ਬਹੁਤ ਵਧੀਆ ਲੱਗ ਰਿਹਾ ਇਟਸ ਅ ਬਿਗ ਬਲੈਸਿੰਗ ਇਹ ਫਿਲਮ ਦੇ ਵਿੱਚ ਕਈ ਵਿਸ਼ਿਆਂ ਦੇ ਉੱਤੇ ਫੋਕਸ ਕੀਤਾ ਗਿਆ ਹੈ ਖਾਸ ਕਰਕੇ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਕੁਰੀਤੀਆਂ ਚੱਲ ਰਹੀਆਂ ਜਿਵੇਂ ਕਿ ਨਸ਼ਾ ਜਾਂ ਸੁਸਾਇਟੀ ਦੇ ਵਿੱਚ ਜੋ ਕਰਪਸ਼ਨ ਚੱਲ ਰਹੀ ਹੈ ਇਹ ਕਈ ਇਹੋ ਜਿਹੇ ਸਬਜੈਕਟ ਹੈ ਜਿਨ੍ਹਾਂ ਦੇ ਉੱਤੇ ਫਿਲਮ ਬੇਸਡ ਹੈ ਮੈਨੂੰ ਤਾਂ ਇਹਦਾ ਨਾਂ ਹੀ ਬਹੁਤ ਚਮਤਕਾਰੀ ਨਾਂ ਲੱਗਿਆ ਕਿਉਂਕਿ ਉਹਦੇ ਨਾਲ ਮੈਂ ਵੇਟ ਕਰ ਰਿਹਾ ਸੀ ਉਡੀਕ ਕਰ ਰਿਹਾ ਸੀਗਾ ਕਿਸੇ ਪ੍ਰੋਡਿਊਸਰ ਦੀ ਅਤੇ ਜਦੋਂ ਪ੍ਰੋਡਿਊਸਰ ਆਉਂਦਾ ਤਾਂ ਖੁਸ਼ੀ ਹੋ ਜਾਂਦੀ ਹੈ ਅਤੇ ਇਹਨਾਂ ਨੇ ਦੱਸਿਆ ਵੀ ਹੀਰੋਇਨ ਦਾ ਨਾਂ ਵੀ ਖੁਸ਼ੀ ਹੈ ਅਤੇ ਇਸ ਤਰ੍ਹਾਂ ਮਤਲਬ ਦੁੱਗਣੀ ਖੁਸ਼ੀ ਹੋ ਗਈ ਦੋ ਖੁਸ਼ੀਆਂ ਹੋ ਗਈਆਂ ਇੱਕ ਤਾਂ ਨਵੀਂ ਫਿਲਮ ਮਿਲੀ ਨਵਾਂ ਸਬਜੈਕਟ ਮਿਲਿਆ ਮੇਨ ਕੀ ਹੈ ਕਿ ਗੱਲ ਜਿਹੜੀ ਸਾਡੇ ਨਾਲ ਵਾਪਰ ਰਹੀ ਹੈ ਸਮਾਜ ਦੇ ਵਿੱਚ ਕੁਰੀਤੀਆਂ ਜਿਵੇਂ ਕਿ ਕੋਈ ਕ੍ਰਾਈਮ ਹੋ ਰਿਹਾ ਹੈ ਅਤੇ ਅਸੀਂ ਲੋਕ ਉਹਦੇ ਮੂਕ ਦਰਸ਼ਕ ਬਣ ਕੇ ਰਹਿ ਜਾਂਦੇ ਹਾਂ ਅਤੇ ਉਡੀਕ ਕਰਦੇ ਹਾਂ ਕਿ ਕੋਈ ਅਸਮਾਨ ਤੋਂ ਕੋਈ ਫਰਿਸ਼ਤਾ ਆਏਗਾ ਜਿਹੜਾ ਇਸ ਪ੍ਰੋਬਲਮ ਨੂੰ ਸੋਲਵ ਕਰੇਗਾ ਅਤੇ ਉਹਦੇ ਉੱਤੇ ਇਹ ਫਿਲਮ ਹੈ ਅਤੇ ਮੈਂ ਜਦੋਂ ਇਹ ਸਬਜੈਕਟ ਸੁਣਿਆ ਮੈਂ ਕਿਹਾ ਇਹ ਮੈਂ ਜ਼ਰੂਰ ਚਾਹਵਾਂਗਾ ਕਿ ਇਸ ਫਿਲਮ ਦਾ ਮੈਂ ਪਾਰਟ ਬਣਾ ਜੀ ਜੀ ਮੇਰੇ ਕਰੈਕਟਰ ਦਾ ਨਾਮ ਇਹਦੇ ਵਿੱਚ ਲਾਡੋ ਆ ਐਂਡ ਬਹੁਤ ਜ਼ਿਆਦਾ ਵਰਸਟਾਈਲ ਕਰੈਕਟਰ ਆ ਇੱਕ ਇੱਦਾਂ ਦੀ ਕੁੜੀ ਜਿਹੜੀ ਕਿ ਬਹੁਤ ਜ਼ਿਆਦਾ ਸੈਲਫ ਰਿਸਪੈਕਟ ਵਾਲੀ ਜਿੱਦਾਂ ਆਪਾਂ ਕਹਿ ਦਿੰਦੇ ਆਤਮ ਸਵਾਭਿਮਾਨੀ ਐਂਡ ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਨ ਵਾਲੀ ਬਹੁਤ ਜ਼ਿਆਦਾ ਨਿਡਰ ਕੁੜੀ ਹੈਗੀ ਆ ਬਟ ਕੁਛ ਇੰਸੀਡੈਂਟਸ ਇੱਦਾਂ ਦੇ ਹੁੰਦੇ ਆ ਕਿ ਉਹ ਸੰਕੀ ਹੋ ਜਾਂਦੀ ਆ ਡਿਪਰੈਸ਼ਨ 'ਚ ਚਲੀ ਜਾਂਦੀ ਆ ਬਹੁਤ ਜ਼ਿਆਦਾ ਵਰਸਟਾਈਲ ਕਰੈਕਟਰ ਆ ਮੇਰਾ ਐਂਡ ਆਈ ਫੀਲ ਸੋ ਪ੍ਰਾਊਡ ਟੂ ਪਾਰਟ ਆਫ ਦਿਸ ਬਿਕਾਜ਼ ਬਹੁਤ ਜ਼ਿਆਦਾ ਐਕਟਿੰਗ ਬੇਸਡ ਐਂਡ ਅਪਸ ਐਂਡ ਡਾਊਨ ਮੇਰੇ ਜਿਹੜੇ ਰੋਲ ਦੇ ਵਿੱਚ ਹੈਗੇ ਆ ਕਦੀ ਖੁਸ਼ੀ ਕਦੀ ਗਮੀ ਕਦੀ ਰੋਮਾਂਸ ਕਦੀ ਰੋਣਾ ਕਦੀ ਸੰਕੀ ਪਾਗਲਪੰਥੀ ਐਵਰੀਥਿੰਗ ਆਈ ਥਿੰਕ ਮੇਰੇ ਰੋਲ 'ਚ ਹੈਗਾ ਆ ਨਹੀਂ ਨੋ ਰਿਲੀਜੀਅਸ ਸਿਰਫ ਡਰੱਗਸ ਗਵਰਨਮੈਂਟ ਐਂਡ ਸੁਸਾਇਟੀ ਫਸਟ ਆਫ ਆਲ ਇਸ ਫਿਲਮ ਦੇ ਵਿੱਚ ਸਭ ਕੁਛ ਹੈ ਐਂਟਰਟੇਨਮੈਂਟ ਹੈ ਇਮੋਸ਼ਨਲ ਹੈ ਡਰਾਮਾ ਹੈ ਸਸਪੈਂਸ ਹੈ ਐਕਸ਼ਨ ਹੈ ਇਟਸ ਆਲ ਇਨ ਵਨ ਮੂਵੀ ਅਤੇ 2 ਫਰਵਰੀ ਨੂੰ ਸਾਰਿਆਂ ਨੇ ਆਉਣਾ ਕੈਨੇਡਾ ਅਤੇ ਇੰਡੀਆ ਦੇ ਵਿੱਚ ਰਿਲੀਜ਼ ਹੋ ਰਹੀ ਹੈ ਐਂਡ ਜਿੰਨਾ ਤੁਸੀਂ ਸਪੋਰਟ ਪੰਜਾਬੀ ਸਿਨੇਮਾ ਨੂੰ ਕਰ ਰਹੇ ਹੋ ਉਹਨਾਂ ਹੀ ਸਪੋਰਟ ਤੁਸੀਂ ਇਸ ਫਿਲਮ ਨੂੰ ਕਰਨਾ ਐਂਡ ਸ਼ਰਮਾ ਜੀ ਤੁਸੀਂ ਪੁੱਛਣਾ ਚਾਹੋ ਮੈਂ ਉਹ ਤਰੀਕ ਨਹੀਂ ਮੈਨੂੰ ਪਤਾ ਲੱਗੀ ਧਿਆਨ ਨਾਲ ਮੈਂ ਸੁਣ ਨਹੀਂ ਸਕਿਆ ਉਹ ਜਰਾ ਇਸ਼ਾਰੇ ਨਾਲ ਮੈਨੂੰ ਸਮਝਾਓ ਸਾਰੇ ਉਹ ਦੂਸਰਾ ਮਹੀਨਾ ਦੂਸਰਾ ਦਿਨ ਅਤੇ ਉਹ ਕਹਿੰਦੇ 2018 ਹਾਂ ਮਤਲਬ 2 ਤਰੀਕ ਨੂੰ ਆ ਰਹੀ ਹੈ ਫਿਲਮ ਹਾਂਜੀ 2 2 18 ਮਤਲਬ ਹੁਣ ਉਡੀਕ ਥੋੜੀ ਘਟ ਗਈ ਹੈ 2 2 18 ਥੈਂਕ ਯੂ kapru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਚ